ਨਾੜਾ ਸਿਰਵੇ ਵੀ ਅਸੀਂ ਕਰਦੇ ਕਰਾਉਂਦੇ ਕੁਛ ਨਹੀਂ ਗਲਤ ਗੱਲਾਂ ਵਿੱਚ ਪੈ ਉਹਨਾਂ ਗਲਤ ਗੱਲਾਂ 'ਚ ਇਹ ਵੀ ਹੈ ਵੀ ਇਸ ਉਮਤ ਨੇ ਅਸਲ ਦੀਨ ਗੁੰਮ ਕਰਤਾ ਮਨ ਕਰ ਜਿਵੇਂ ਪਿੱਛੇ ਲੈਲਤੁਲ ਮਿਰਾਜ ਸੀ ਮਿਰਾਜ ਮਨਾਇਆ ਨਾ 27 ਰਕਮ ਤੁਹਾਡੇ ਸਾਹਮਣੇ ਪੜਿਆ ਵੀ ਰੱਬ ਜਾਣਦਾ ਜੇ ਕਿਤਾਬਾਂ ਕੱਢ ਕੇ ਰੱਖ ਲਓ ਪੁੱਛ ਲਓ ਇਹਨਾਂ ਦੇ ਸਿਰਾਂ ਤੇ ਕੁਰਾਨ ਰੱਖ ਕੇ ਵੀ ਤੁਹਾਡੇ ਕੋਈ ਸਬੂਤ ਹੈਗਾ ਵੀ ਰਜਬ ਥੋਇਆ ਸੀ ਮਿਰਾਜ ਰਜਬ ਹੋਣ ਦਾ ਕੋਈ ਸਬੂਤ ਹੈਗਾ ਨਾ ਮਹੀਨੇ ਦਾ ਪਤਾ ਨਾ ਤਾਰੀਖ ਦਾ ਪਤਾ ਤੁਹਾਨੂੰ ਕੀ ਇਹ ਮਾਰ ਵਗੀ ਤੁਸੀਂ ਦੀਨ ਜਿਹੜਾ ਅੱਲਾ ਰਸੂਲ ਦੱਸਿਆ ਉਹ ਨਹੀਂ ਕਰਨਾ ਮਨ ਕਰ ਕੰਮ ਕਰਨਾ ਬਿਲਕੁਲ ਬਨਾਉਟੀ ਕਰਨੇ ਜਾਲੀ ਹਾਲਾਂਕਿ ਇਹਨਾਂ ਚੀਜ਼ਾਂ ਦੀ ਕੋਈ ਹਕੀਕਤ ਇਹ ਮੌਲਾਨਾ ਅਬਦੁੱਲਾਹੀ ਲਖਨੀ ਸਾਡੇ ਸਮਰ ਬਹੁਤ ਛੋਟੀ ਉਮਰ ਚ ਫੌਤ ਹੋ ਗਏ ਮਗਰ ਇਹ ਵੀ ਵਜੂਬਤ ਦਹਰਾ ਮੰਨਣਾ ਪੈਂਦਾ ਵੀ ਰੱਬ ਜੀ ਨੂੰ ਆਪਣੀ ਕੁਦਰਤ ਨਾਲ ਵਿਖਾ ਯਾਰ ਹੈਰਾਨੀ ਕਿ 40 ਸਾਲ ਤੋਂ ਥੋੜੀ ਉਮਰ ਜ਼ਿਆਦਾ ਹੋਈ ਕੋਈ ਇਹਨੂੰ ਇਸ ਬੰਦੇ ਨੇ ਐਸਾ ਨਹੀਂ ਛੱਡਿਆ ਜੇ ਅੱਜ ਕਿਤਾਬ ਨਹੀਂ ਲਿਖੀ ਗਿਆ ਔਰ ਕਿਤਾਬ ਵੀ ਐਸੀ ਮੋਟੀ ਪਰੋਤੀ ਅਖੀਰ ਹੋ ਜਾਂਦੀ ਹੈ ਤੇ ਮੌਲਾਨਾ ਅਬਦੁੱਲਾਹੀ ਲਖਨੀ ਯਾਰ ਕਮਾਲ ਕਰ ਰਿਹਾ ਇਹ ਉਹਨਾਂ ਦੇ ਰਸਾਲ ਦਾ ਮਜਮੂਆ ਜਿਹਨਾਂ ਚ ਇੱਕ ਰਸਾਲਾ ਆਸਾਰੁਲ ਮਰਫੂਆ ਫਿਰ ਅਖਬਾਰੁਲ ਮੌਜੂਦਾ ਤੇ ਮਨਕਰਤ ਹਦੀਸਾਂ ਜਿਹੜੀਆਂ ਇਹਦੇ ਵਿੱਚ ਹੀ ਲਿਖਦੇ ਵੀ ਇਹ ਜਿਹੜਾ ਤੁਸੀਂ ਆਉਂਦੇ ਮਿਰਾਜ ਫਲਾਂ ਮਹੀਨੇ ਜੋਇਆ ਫਲਾਂ ਕੋਈ ਸਬੂਤ ਤੁਹਾਡੇ ਕੋਲ ਹੈਗਾ ਇਹ ਕੋਈ ਸਬੂਤ ਜਾਂ ਬੇਸ ਮਹੀਨੇ ਜੇ ਗੱਲ ਹੋਈ ਸੀ ਕੁਛ ਬਨਾਉਟੀ ਗੱਲਾਂ ਐਵੇਂ ਬਣਾ ਲੈਂਦੇ ਔਰ ਉਸ 'ਚ ਚੱਲ ਪਈ ਔਰ ਉਹਨਾਂ 'ਚ ਇੱਕ ਇਹ ਵੀ ਹੈ ਵੀ ਹੁਣ ਇਹਨਾਂ ਨੇ ਸ਼ਬ ਬਰਾਤ ਮਨਾਉਣੀ ਇੰਨੀ ਆਤਿਸ਼ਬਾਜ਼ੀ ਇੰਨੇ ਹਲਵੇ ਮੰਡੇ ਰੱਬ ਨੂੰ ਰਾਜ਼ੀ ਕਰਦੇ ਫਿਰ ਲੋ ਹੈਂ ਹਕੀਕਤ ਇਹ ਵੇਖੋ ਵੀ ਤੁਹਾਡੇ ਸਾਹਮਣੇ ਸਹੀ ਬੁਖਾਰੀ ਮੁਸਲਿਮ ਅਬੂ ਦਾਊਦ ਨਸਾਈ ਵਰ ਕਿਸੇ ਆਲਮ ਨੇ ਹੱਥ ਨਹੀਂ ਲਾਇਆ ਐਡਾ ਵੱਡਾ ਹੋਵੇ ਹਜ਼ੂਰ ਨੇ ਦੱਸਿਆ ਕਿਸਮਤਾਂ ਲਿਖੀਆਂ ਨੇ ਫਲਾਣਾ ਕਿਸੇ ਨੇਕ ਬੰਦੇ ਨੂੰ ਲੱਭੇ ਨਾ ਜਿਹਨਾਂ ਲਿਖਿਆ ਉਹਨਾਂ ਨਾਲ ਹੀ ਦੱਸੇ ਇੱਕ ਜਿਹੜਾ ਇਮਾਮ ਤਿਰਮਜ਼ੀ ਨੇ ਲਿਖਿਆ ਮਾਜਾ ਜ਼ਿਆਦਾ ਉਹ ਸਮਝੋ ਕੁਛ ਨੇੜੇ ਦੀ ਗੱਲ ਸੀ ਤੇ ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਨੇ ਫਰਮਾਉਂਦੀ ਇੱਕ ਰਾਤ ਮੈਂ ਵੇਖਿਆ ਮੈਂ ਰਸੂਲਾ ਮੇਰੇ ਕੋਲ ਉੱਠ ਕੇ ਚਲੇ ਗਏ ਮੈਂ ਜਦੋਂ ਜਾਗੀ ਮੈਂ ਵੇਖਿਆ ਹਜ਼ੂਰ ਤੇ ਹੈ ਨੀ ਮੈਂ ਦੂਜੇ ਘਰਾਂ 'ਚ ਗਈ ਵੀ ਸ਼ਾਇਦ ਹਜ਼ੂਰ ਅੱਲਾਹ ਸਲਾਮ ਇੱਧਰ ਗਏ ਹੋਣ ਮਗਰ ਆਪ ਕਬਰਸਤਾਨ ਨੂੰ ਨਿਕਲ ਗਏ ਮੈਂ ਪਿੱਛੇ ਗਈ ਹਜ਼ੂਰ ਦੇਰ ਤੱਕ ਦੋਵਾਂ ਮੰਗੀਆਂ ਵਾਪਸ ਆਏ ਮੈਂ ਨਹੀਂ ਦਵਾ ਦਵਾ ਅੱਗੇ ਆ ਕੇ ਬਿਸਤਰ ਤੇ ਲੇਟ ਗਈ ਆਪ ਨੇ ਆ ਕੇ ਵੇਖਿਆ ਮੇਰਾ ਦਿਲ ਘੱਟ ਕੇ ਤੇ ਆਪ ਨੇ ਆਖਿਆ ਅੱਛਾ ਇਹ ਤੇਰਾ ਕੀ ਹਾਲ ਮੈਂ ਦੱਸਿਆ ਯਾਰ ਰਸੂਲਾ ਅਸਲੀਅਤ ਆ ਮੈਨੂੰ ਤਾਂ ਵਹਿਮ ਹੋਇਆ ਸੀ ਤੁਸੀਂ ਕਿਸੇ ਹੋਰ ਮੈਂ ਮਗਰ ਗਈ ਮਗਰ ਤੁਸੀਂ ਤੇ ਹੋਰ ਆਪ ਨੇ ਕਿਹਾ ਤੂੰ ਪਾਗਲ ਹੋਈ ਅੱਲਾ ਦਾ ਰਸੂਲ ਜ਼ੁਲਮ ਕਰ ਸਕਦਾ ਵਾਰੀ ਚਲੀ ਹੋਵੇ ਜਿਬਰੀਲ ਆਇਆ ਸੀ ਕਬਰਸਤਾਨ ਵਾਲਿਆਂ ਨੇ ਦੁਆ ਕਰ ਤੇ ਰਾਤ ਐਸੀ ਹੈ ਜਿਹਦੇ ਚ ਅੱਲਾ ਤਾਲਾ ਬਨੂ ਕਲਬ ਕਬੀਲਾ ਜਿਹੜਾ ਉਹਦੀ ਬੱਕਰੀਆਂ ਦੇ ਅਰਬ ਕਬੀਲਾ ਜਿਹੜੀਆਂ ਬੱਕਰੀਆਂ ਵਾ ਉਹਨਾਂ ਦੀ ਬੱਕਰੀਆਂ ਦੇ ਵਾਲਾਂ ਬਰਾਬਰ ਮੁਜਰਮਾਂ ਨੂੰ ਮਾਫੀ ਕਿਹਾ ਕਿ ਸਮਝੋ ਇਮਾਮ ਤਿਰਮਜ਼ੀ ਨੇ ਲਿਖੀ ਮਗਰ ਨਾਲ ਹੀ ਲਿਖ ਕੇ ਨਾ ਮੇਰੇ 'ਚ ਖਰਾਬੀਆਂ ਹੀ ਖਰਾਬੀਆਂ ਫਲਾਂ ਨੇ ਫਲਾਂ ਤੋਂ ਨਹੀਂ ਸੁਣਿਆ ਫਲਾਂ ਨੇ ਫਲਾਂ ਇਹਨੇ ਬੀਬੀਆਂ ਸਭ ਔਰ ਕਿਹਾ ਮੇਰੇ ਉਸਤਾਦ ਇਮਾਮ ਬੁਖਾਰੀਆਂ ਦੇ ਬਿਲਕੁਲ ਵੈਸਾ ਹੀ ਇਹ ਜਿਹੜੀ ਸਿਰੇ ਦੀ ਇੱਕ ਸੀ ਨਾ ਮਾੜੀ ਚੰਗੀ ਉਹਦਾ ਗਿਆ ਵਰਨਾ ਸਭ ਇੱਕ ਵੀ ਇਹ ਲੈਲਤੁਲ ਸਿਮਨ ਸਾਹਿਬਾਨ ਦੀ ਵੈਸਾ ਹੀ ਕੁਛ ਨਹੀਂ ਲੈਲਤੁਲ ਕਦਰ ਠੀਕ ਹੈ ਰਮਜ਼ਾਨ ਸ਼ਰੀਫ ਆ ਰਿਹਾ ਉਹਦੇ 'ਚ ਕਿਰਾਤ ਹੈ ਜੇ ਤੇ ਅੱਲਾਹ ਤਾਲਾ ਫੈਸਲੇ ਸਾਲ ਪਰ ਜਿਹੜੇ ਫਰਿਸ਼ਤਿਆਂ ਦੇ ਹਵਾਲੇ ਕਰ ਦਿੰਦਾ ਸਭ ਮਹਿਕਮੇ ਨੂੰ ਪ੍ਰੋਗਰਾਮ ਦੇ ਦਿੱਤਾ ਜਾਂਦਾ ਕਿਆ ਉਹ ਠੀਕ ਹੈ ਅਕਵਾਮੀ ਲੈਲਤੁਲ ਕਦਰ ਹੈ ਉਹ ਚੁੱਕ ਕੇ ਇਸ ਜੇ ਲਾਇਆ ਇਹਦੇ 'ਚ ਕੁਛ ਹੈ ਇਸ ਪਾਰੋਂ ਕਾਜ਼ੀ ਅਬੂ ਬਕਰ ਇਬਨ ਅਰਬੀ ਵੀ ਆਪਣੀ ਤਫਸੀਰ ਦੇ ਅਰੋਧ ਤੋਂ ਹੀ ਨਕਲ ਕੀਤਾ ਇਮਾਮ ਕੁਰਤਬੀ ਰਹਿਮਤੁਲਾ ਅਲੈਹ ਨੇ ਅਲਜਾਮ ਅਲ ਅਹਕਾਮ ਕੁਰਾਨ ਸੂਰਾ ਦੁਖਾਨ ਉੱਥੇ ਲੋਕਾਂ ਨੇ ਕਹਿ ਦਿੱਤਾ ਕਿ ਯਾਰ ਜਿਹੜੀ ਨੇ ਇਹਦੇ ਬਾਰੇ ਜਿਉਂ ਦੀ ਫਰਮਾਇਆ ਯਾਰ ਜਾਣਦੇ ਇਹਨਾਂ ਗੱਲਾਂ ਨੂੰ ਕੁਛ ਨਹੀਂ ਕੁਲ ਤੋਂ ਵਕਤ ਜ਼ਕਰਾ ਹਦੀਸ ਆਸ਼ਾ ਮੁਤਵਲਨ ਸਾਹਿਬ ਉਹ ਕਿਤਾਬ ਲਰੂ ਉਸ ਵਕਤ ਆਰਨ ਲੈਲਾ ਤਲ ਜੀ ਫਰਕ ਪਿਆ ਕੁਲ ਅਮਰ ਹਕੀਮ ਲੈਲਾ ਤਨ ਇਸ ਮਨ ਸਾਬਾਨ ਵਨ ਆਪ ਸਮ ਲੈਲਾ ਤਲ ਬਰਾਬ ਐ 127 ਸਫਾ ਔਰ ਇਹ ਜਲਦ ਮੈਂ ਪੜ੍ਹ ਰਿਹਾ ਜੀ ਚੋਂ ਸਮਝੋ ਸੋਰੀ ਸੋਰ ਦੁਕਾਨ ਦੇ ਦਿਨ ਇਹ ਬੀਬੀ ਆਸ਼ਾ ਦੀ ਹਦੀਸ ਤਿਰਮਜ਼ੀ 'ਚ ਥੋੜ੍ਹੀ ਹੈ ਕਿਤਾਬ ਲਰੂਸ ਵਾਲੇ ਨੇ ਬਹੁਤ ਲੰਬੀ ਲਿਖੀ ਹੈ ਔਰ ਉਹਦਾ ਇਹੋ ਖਿਆਲ ਹੈ ਵੀ ਇਹ ਲੈਲਾ ਜਿਹੜੀ ਨਾ ਰਾਤ ਇਹ 15ਵੀਂ ਸ਼ਾਬਾਨ ਦੀ ਤੇ ਲੈਲਾ ਤੁਲ ਬਰਾਤਾਂ ਦੀ ਕਜ਼ ਕਰਨਾ ਕੌਲਾ ਬਰਦ ਲੈ ਕੇ ਕਹਿ ਰਹੇ ਹਾਜ਼ਰ ਮੌਜੇ ਤੇ ਇਸ ਤੋਂ ਇਲਾਵਾ ਦੂਸਰੀ ਜਗ੍ਹਾ 'ਤੇ ਅਸੀਂ ਇਹਦਾ ਰੱਦ ਔਰ ਇਹ ਸਾਰਾ ਜਿਹੜਾ ਇਹਨੂੰ ਝੂਠਾ ਸਾਬਤ ਕੀਤਾ ਵਨ ਸਹੀ ਇੰਨਾ ਮਾਇਆ ਲੈਲਾ ਤੁਲ ਕਦਰ ਔਰ ਰਾਤ ਜਿਹੜੀ ਬਰਕਤ ਵਾਲੀ ਨਾ ਔਰ ਜਿਹਦੇ ਬਾਰੇ 'ਚ ਜ਼ਰੂਰ ਲੈਲਾ ਤੁਲ ਕਦਰ ਸ਼ਾਬਾਨ ਆਪਣੇ ਅੱਗੇ ਜਾ ਕੇ ਜਿਹੜੀ ਆਉਂਦੀ ਅੱਗੇ ਫਿਰ ਲਿਖਦੇ ਆ ਵਾ ਮੈਨ ਮਨ ਕਾਲਾ ਇੰਨਾ ਲੈਲਤੁਲ ਸਿਮਨ ਸ਼ਾਬਾਨ ਵਾ ਬਾਕ ਜਿਹੜੇ ਆਉਂਦੇ ਨੇ ਕਿ ਲੈਲਾ ਤੇ ਮੁਬਾਰਕ ਆਖਿਆ ਅੱਲਾ ਨੇ ਕਿ ਬਰਕਤ ਵਾਲੀ ਰਾਤ ਮੈਂ ਕੁਰਾਨ ਉਤਾਰਿਆ ਆਉਂਦੇ ਹੋਏ ਬਰਕਤ ਵਾਲੀ ਇਹ ਹੈ ਆਉਂਦੇ ਬਿਲਕੁਲ ਝੂਠ ਬੋਲਦੇ ਆ ਲਿਆਨ ਅੱਲਾ ਤਾਲਾ ਕਾਲਾ ਫੀ ਕਿਤਾਬ ਦੇ ਸਾਦ ਗਿਲ ਕਤ ਅੱਲਾ ਨੇ ਆਪਣੀ ਸੱਚੀ ਕਿਤਾਬ ਜਿਹਦੇ ਫੈਸਲੇ ਦੇ ਅੱਗੇ ਕੋਈ ਬੋਲ ਸਕਦਾ ਉਹਦੇ 'ਚ ਆਖਿਆ ਸ਼ਹਿਰ ਰਮਜ਼ਾਨ ਅੱਲਾ ਜਨ ਲਾਫਿਲ ਕੁਰਾਨ ਰਮਜ਼ਾਨ ਦੇ ਮਹੀਨੇ 'ਚ ਕੁਰਾਨ ਜਿਹੜਾ ਨਾਜ਼ਿਲ ਕੀਤਾ ਗਿਆ ਤਨਸਾ ਅਲਾ ਨਾਮੀ ਕਾਦਨ ਜ਼ੂਰੇ ਰਮਜ਼ਾਨ ਕੋਈ ਨਹੀਂ ਸੀ ਸ਼ਾਬਾਨ ਰਮਜ਼ਾਨ ਸ਼ੁਰੂ ਹੈ ਸੁਮ ਆਈਏ ਨਾ ਮੈਨੂੰ ਜ਼ਮਾਨੇ ਲੈ ਲਹਾ ਉਹਨਾਂ ਬਿਖੋਰੀ ਦੂਜੀ ਜਗ੍ਹਾ ਦੱਸਦਾ ਕਿ ਵਕਤ ਕਿਹੜਾ ਸੀ ਜਦੋਂ ਵਹੀ ਸ਼ੁਰੂ ਹੋਈ ਪਹਿਲੀ ਵਾਰੀ ਜਬਰੀਲ ਕਦੋਂ ਆ ਸਹੀ ਲੈ ਲਾ ਤੁਮ ਬਾਰਾ ਰਾਤ ਦਾ ਵਕਤ
ਮਨ ਰਾਮ ਨਾਮ ਨੂੰ ਕੀ ਗੈਰ ਇੱਕ ਕਦਾ ਅਮਰ ਕਰੀਆ ਤਾਰ ਅੱਲਾ 127-128 ਤੇ ਜਿਹੜਾ ਹੁਣ ਆਉਂਦਾ ਨਾ ਮੈਂ ਨਹੀਂ ਰਮਦਾਨ ਦੇ ਇਲਾਵਾ ਦੇ ਲੈ ਲਾ ਤੂੰ ਕਰ ਦੇ ਇਲਾਵਾ ਹੋਰ ਸੀ ਉਹ ਅੱਲਾ ਤਾਲਾ ਤੇ ਬਹੁਤ ਬੜਾ ਬਹੁਤਾਨ ਆਉਂਦਾ ਵਾਲਾ ਸਫੀ ਲੈਲਾ ਤੇ ਸਿਮਨ ਸਾਬਾਨ ਹਦੀਸ ਹੋਈ ਵਾਲ ਰਹਿ ਇਹ 15ਵੀਂ ਰਾਤ ਦੇ ਬਾਰ ਇੱਕ ਹਦੀਸ ਵੀ ਐਸੀ ਨਹੀਂ ਜਿੱਥੇ ਆਦਮੀ ਭਰੋਸਾ ਕਰ ਸਕੇ ਤੇ ਉਹਨੂੰ ਕਾਬਲ ਇਤਬਾਰ ਸਮਝੇ ਲਾ ਫੀ ਫਜ਼ਲਿਆ ਨਾ ਇਸ ਰਾਤ ਦੀ ਸ਼ਾਨ ਚ ਵਲਾ ਫੀ ਨਸਖਿਲਾ ਦਾ ਲਿਖਿਆ ਤੇ ਨਾ ਇਹਦੇ ਕਿਸਮਤਾਂ ਲਿਖੀਆਂ ਜਾਣ ਦੇ ਬਾਅਦ ਕੱਖ ਨਹੀਂ ਸਹੀ ਲਫ਼ਜ਼ ਕੀ ਫਰਮਾਇਆ ਫਲਾ ਤਲਤਫਿਸ ਵਿਲਾ ਜਰਾ ਵੀ ਇਸ ਰਾਤ ਵੱਲ ਧਿਆਨ ਨਾ ਕਰੋ ਛੱਡੋ ਇਸ ਗੱਲ ਨੂੰ ਭੁੱਲ ਜਾਓ ਕੋਈ ਸ਼ਾਇਦ ਕਿਉਂਕਿ ਤੁਸੀਂ ਵਾਅਦੇ ਕਰੀ ਜਾਂਦੇ ਤੇ ਇਹ ਗੁਨਾਹ ਏਡਾ ਵੱਡਾ ਲੋਕ ਆਉਂਦੇ ਚਲੋ ਜੀ ਇਬਾਦਤ ਇਬਾਦਤ ਹਾਲਾਂਕਿ ਕੋਈ ਨਹੀਂ ਕਰਦਾ ਨਾ ਰੋਜ਼ਾ ਰੱਖਦਾ ਨਾ ਕੋਈ ਨਫਲ ਪੜੋ ਨਫਲ ਵੀ ਇੰਨੇ ਲਿਖਿਆ ਤੋਬਾ 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 ਕਿ ਰਾਤ ਨੂੰ ਇੰਨੇ 100 ਰਕਤ ਪੜੋ ਹਰ ਰਕਤ ਅਲਹਮਦ ਸ਼ਰੀਫ ਜਿਹੜੀ ਕੋਲ ਵਾਲਾ ਵੀ 10,000 ਕੋਲ ਪੜਨਾ 100 ਰਕਤ ਪੜਨੀ ਕਾਹਦੀ ਪੜਨੀ ਗਰੋ ਲਾਉਣੀ ਹੈਗੀਆਂ ਝੂਠੀਆਂ ਬਿਲਕੁਲ ਮਨ ਕਰਦੇ ਰਵਾਇਤਾਂ ਇਹਨਾਂ ਦੀ ਕੋਈ ਅਸਲੀਅਤ ਨਹੀਂ ਆਏ ਮਾਂ ਇਬਨ ਕਈਮ ਰਹਿਮਤੁਲਾਹ ਅਲੈਹ ਦੀ ਕਿਤਾਬ ਬੜੀ ਪਿਆਰੀ ਅਲ ਮਨਾਰੁਲ ਮੁਨੀਰ ਫਿਰ ਸਹੀ ਵਜ਼ਾਈ ਇਹ ਲੋਕ ਹੈ ਜਿਹਨਾਂ ਲਈ ਅਸੀਂ ਮੈਂ ਨਾ ਅਹਿਸਾਨ ਮੰਦੀ ਪੈਰੋਂ ਸਾਡੀਆਂ ਗਰਦਾਂ ਨਹੀਂ ਏਡਾ ਅਹਿਸਾਨ ਹੈ ਸਾਡੇ ਸਿਰ ਤੇ ਕਿਵੇਂ ਯਾਰ ਸਫਾਈ ਕਰ ਗਿਆ ਸਾਨੂੰ ਦੇ ਗਿਆ ਵਿਆਹ ਖਰਾ ਜੇ ਤੱਕ ਖੁਦ ਕਿਤਾਬ ਦਾ ਨਾਂ ਇਹ ਹੈ ਕਿ ਬੁਲੰਦ ਮਨਾਰ ਖੜਾ ਕਰਤਾ ਮੈਂ ਰੋਸ਼ਨੀ ਦਾ ਜਿਹਦੇ ਨਾਲ ਤੁਹਾਨੂੰ ਪਤਾ ਲੱਗੇ ਵੀ ਆਹ ਸਹੀ ਹੈ ਆਹ ਸਹੀ ਹੈਰੀ ਠੀਕ ਗੱਲਾਂ ਇਹਦੇ ਵਿੱਚ ਹੀ ਲਿਖਿਆ ਮਹਿਨਾ 22 ਫਸਲ 98 ਸਫਾ ਅਹਾਦੀਸ ਸਲਾਤ ਲੈਲਤ ਨਿਸਮਨ ਸਾਲਾ ਕਿ 15ਵੀਂ ਰਾਤ ਦੀ ਨਮਾਜ਼ ਦੀਆਂ ਜਿੰਨੀਆਂ ਹਦੀਸਾਂ ਨਾ ਮੇਰੇ ਚਾਹ ਰੱਖਣਾ ਪੜੋ ਸਹੀ ਇੱਕ ਵੀ ਨਹੀਂ ਸਹੀ ਬਿਲਕੁਲ ਜੈਸੇ ਕਿ ਇੱਕ ਹਦੀਸ ਆਉਂਦਾ ਹੈ ਜਿਹੜਾ ਇਸ ਰਾਤ 100 ਰਕਤ ਪੜੇ ਹਰ ਵੇਲੇ 10 ਵਰੀ ਅਲਹਮਦ ਪੜੇ ਕੁਲ ਵੱਲਾ ਪੜੇ ਉਹਦੀ ਹਰ ਹਾਜ ਜਿਹੜੀ ਇਸ ਰਾਤ ਮੰਗੇ ਅੱਲਾ ਪੂਰੀ ਕਰੋ ਸਾਕਾ ਜਾਫਾਤ ਕਸੀਰਾ ਅੱਗੇ ਲਿਖਦੇ ਮੈਂ ਕੀ ਲਿਖਾਂ ਯਾਰ ਸਫਿਆਂ ਦੇ ਸਫਿਆਂ ਐਡੀਆਂ ਖੁਰਾਫਾਤ ਤੇ ਬੇਹੂਦਾ ਗੱਲਾਂ ਅੱਲਾ ਤਾਲ ਔਰ 70,000 ਹੂਰਾਂ ਦਿੰਦਾ ਹੈ ਹਰ ਹੂਰ ਦੇ 70,000 ਗੁਲਾਮ ਹੈ 70,000 ਉਹਦੇ ਨਾਲ ਲੜਕੇ ਖਿਦਮਤ ਕਰ ਲਈ ਉਹਦੇ ਮਾਂ ਬਾਪ ਨੂੰ ਇਜਾਜ਼ਤ ਮਿਲਦੀ 70,000 ਬੰਦੇ ਦੀ ਸਿਫਾਰਿਸ਼ ਕਰ ਸਕਣ ਮਹਾਰਾਜ ਮੈਂ ਸਮਾਂ ਰਾਇਆ ਚੱਲਣ ਦੇ ਸੁਣ ਨਮਾਜ਼ਾਂ ਪੜ੍ਹਦੇ ਫਿਰਦੇ ਉਹਨਾਂ ਨੂੰ ਅਕਲ ਨਹੀਂ ਆਉਂਦੀ ਵੀ ਸਭ ਮਨ ਕਰਦੇ ਕਿਉਂ ਤੁਸੀਂ ਇਹੋ ਜਿਹੀਆਂ ਬਿਰਤਾਂ ਮਨ ਕਰ ਗੱਲਾਂ ਕਰਦੇ ਵਹਾਦ ਸਲਾਤ ਵਜ਼ਤ ਫਿਰ ਇਸਲਾਮਾਬਾਦ ਅਰਬਾ ਮੈਂ 400 ਸਾਲ ਬਾਅਦ ਹਜ਼ੂਰ ਤੇ ਕਰੀ ਗਈ ਹੈ ਇਦੋਂ ਪਹਿਲਾਂ ਨਮਾਜ਼ ਕੋਈ ਨਹੀਂ ਪੜ੍ਹਦਾ ਨਾਸ਼ਾਦ ਮੈਂ ਬੈਤੁਲ ਮਕਦਸ ਇਹ ਬੈਤੁਲ ਮਕਦਸ ਤੋਂ ਚੱਲੀ ਹੈ ਤਾਂ ਬਹੁਤ ਜ਼ਿਆਦਾ ਤੋਂ ਹਦੀਸ ਬਹੁਤ ਸਾਰੀਆਂ ਜਿਹੜੀ ਹਦੀਸਾਂ ਜਿਹੜੀਆਂ ਨਾ ਮਨ ਕਰ ਇਹ 22 ਫਸਲ ਇਸੇ ਕਰਦੀ ਅੱਗੇ ਲਿਖਦੇ ਆ ਕਾਲ ਲਖਨੀ ਫਿਲਾਸਾ ਅਲ ਮਰਫੂਆ ਜਿਹੜੀ ਅੱਗੇ ਮੈਂ ਪੜ੍ਹਦਾ ਸੀ ਮੌਲਾਨਾ ਅਬਦੁੱਲਾਹੀ ਉਹਦੇ 308 ਸ਼ਬਦ ਲਿਖਦੇ ਵਕਤ ਜ਼ਿਕਰ ਸੈਯਦ ਉਲ ਜੀਲਾਨੀ ਹਾਜ਼ਰ ਸਰਾਬ ਸੀ ਗੁਨੀਆਂ ਦੇ ਤਾਲ ਇਹ ਪਰਲੇ ਬੰਨੋ ਇਹ ਧੋਖਾ ਕੋਈ ਨਹੀਂ ਖਾਣਾ ਵੀ ਪੀਰ ਜੀਲਾਨੀ ਲਿਖ ਗਿਆ ਜਾਂ ਮੈਂ ਮੁਜ਼ਾਲੀ ਖਾ ਲਿਆ ਲਿਕੁਲ ਫਨਰ ਜਾਲ ਹਰ ਫਨ ਦੇ ਜੁਲੇ ਜੁਲੇ ਮਾਹਿਰ ਮੈਂ ਦੀਨ ਦੀ ਗੱਲਾਂ ਤੁਹਾਨੂੰ ਥੋੜੀਆਂ ਬਹੁਤ ਦੱਸ ਰਿਹਾ ਮੈਨੂੰ ਕੀ ਪਤਾ ਐਮਬੀਬੀਐਸ ਕੀ ਹੈ ਐਵੇਂ ਦੇ ਇਲਾਜ ਮੈਂ ਦਖਲ ਦੇਣਾ ਗਲਤ ਉਹਦੇ ਵੱਖਰੇ ਮਾਹਿਰ ਇਸੇ ਤਰ੍ਹਾਂ ਇਮਾਮ ਗਜ਼ਾਲੀ ਇਮਾਮ ਅਬੂ ਤਾਲਿਬ ਮੱਕੀ ਕੁਤਲ ਕਰੂਬ ਵਾਲੇ ਇਯਾਉਲ ਉਮਰ ਦੀਨ ਵਾਲੇ ਗਜ਼ਾਲੀ ਪੀਰ ਸਾਹਿਬ ਹੁਨੀਅਤ ਤਾਲਿਬੀਨ ਵਾਲੇ ਬਾਅਦ ਚਾਲ ਮੁੱਠੇ ਜਿਹਨਾਂ ਨੇ ਇੱਕ ਇੱਕ ਰਵਾਇਤ ਨੂੰ ਪੜ੍ਹ ਕੇ ਇਤਿਹਾਸੀਏ ਚੜ੍ਹੇ ਆ ਸਾਰੀਆਂ ਨਾ ਕਿਤਾਬਾਂ ਇਹਨਾਂ 100 ਚੋਂ ਸ਼ਾਇਦ ਇੱਕ ਹੀ ਸੱਚੀ ਹੈ ਬਿਲਕੁਲ ਇਹ ਲੋਕ ਨੇਕ ਸੀ ਸੂਫੀ ਸੀ ਵਲੀ ਸੀ ਇਤਬਾਰ ਕਰਦੇ ਸੀ ਯਾਰ ਜਿਤਨਾ ਅਸੀਂ ਝੂਠ ਨਹੀਂ ਬੋਲਦੇ ਖਣੀ ਲੋਕ ਝੂਠਾਂ ਬੋਲਦੇ ਇਸ ਤਰ੍ਹਾਂ ਇਮਾਮ ਮੁਸਲਮ ਨੇ ਆਪਣੀ ਕਿਤਾਬ ਦੇ ਵੀ ਬਾਅਦ 'ਚ ਹੀ ਲਿਖਿਆ ਵੀ ਜਿਹਨਾਂ ਦੀਨ ਨੂੰ ਨੁਕਸਾਨ ਨੇਕ ਲੋਕਾਂ ਤੋਂ ਪਹੁੰਚਦਾ ਕਿਸੇ ਨਹੀਂ ਪਹੁੰਚਦਾ ਅਤੇ ਆਪਣੀ ਸਾਦਗੀ ਵਾਲਾ ਭੁੱਲ ਗਿਆ ਵੀ ਇਹ ਹਦੀਸ ਸੁਣਾਉਂਦਾ ਯਾਰ ਸੱਚ ਹੀ ਬੋਲਦਾ ਹੋਊਗਾ ਠੱਗ ਜਿਹੜੇ ਸੀ ਉਹਨਾਂ ਨੇ ਜੋ ਦੱਸਿਆ ਆਪਣੀ ਕਿਤਾਬਾਂ ਲਿਖ ਕੁਛ ਨਹੀਂ ਇਹਦੇ 'ਚ ਸਹੀ ਬਹੁਤ ਗਲਤ ਗੱਲਾਂ ਇਸ ਤੋਂ ਗੁਣੀਆਂ ਤੋਂ ਤਾਲਬੀਨ ਟੁੱਕ ਲੈਣੀ ਜਾਂ ਇਮਾਮ ਗਜ਼ਾਲੀ ਦੀ ਕੀ ਐਸਾ ਹੈ ਕੁਛ ਹੈ ਇਹਨਾਂ ਨੂੰ ਪਰਖਣਾ ਪੈਣਾ ਹਦੀਸ ਦੇ ਆਲਮਾਂ ਨੂੰ ਪੁੱਛਣਾ ਪੈਣਾ ਵੀ ਇਹਦੀ ਹਕੀਕਤ ਚੀਜ਼ਾਂ ਨਹੀਂ ਠੀਕ